ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਬਹੁਤ ਇੰਪੋਰਟੈਂਟ ਪ੍ਰੋਗਰਾਮ ਕਰਾਂਗੇ ਅੱਜ। ਪਤਾ ਹੀ ਲੱਗਿਆ ਕਿ ਪੰਜਾਬ 'ਚ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ ਉਹ ਰੀਅਪਲਾਈ ਨਹੀਂ ਕਰ ਰਹੇ। ਜਿਨ੍ਹਾਂ ਵਿਦਿਆਰਥੀਆਂ ਦੇ ਕੋਈ ਘਰੇਲੂ ਦਿੱਕਤ ਹੈ ਬਿਲਕੁਲ ਠੀਕ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਇੰਡੀਆ ਦੇ ਵਿੱਚ ਪੜ੍ਹਾਈ ਕਰਨੀ ਬਿਲਕੁਲ ਠੀਕ ਹੈ, ਪਰ ਜਿਹੜੇ ਵਿਦਿਆਰਥੀ ਪੜ੍ਹਨਾ ਵੀ ਬਾਹਰ ਚਾਹੁੰਦੇ ਨੇ ਅਤੇ ਜੇ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਪੜ੍ਹਾਈ ਵੀ ਕੈਨੇਡਾ ਵਾਪਸ ਜਾ ਕੇ ਕਰਨੀ ਹੈ ਅਤੇ ਉਹ ਅਪਲਾਈ ਵੀ ਨਹੀਂ ਕਰ ਰਹੇ ਅਤੇ ਉਹਨਾਂ ਦੀ ਰਿਫਿਊਜ਼ਲ ਵੀ ਆ ਚੁੱਕੀ, ਉਹਨਾਂ ਦੇ ਲਈ ਸਵਾਲ ਬਹੁਤ ਵੱਡਾ ਹੈ ਕਿ ਅਗਰ ਉਹ ਤੁਰੰਤ ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਅਪਲਾਈ ਨਹੀਂ ਕਰਦੇ ਤਾਂ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਅਜਿਹੀਆਂ ਰਿਪੋਰਟਾਂ ਨੇ ਕਿ ਬਹੁਤ ਸਾਰੇ ਸਟੂਡੈਂਟ ਕਹਿੰਦੇ ਕਿ ਅਸੀਂ ਅਪਲਾਈ ਤਾਂ ਕਰਨਾ ਪਰ ਅਸੀਂ ਮਾਹੌਲ ਦੇਖ ਲਈਏ ਕੈਨੇਡਾ ਦਾ ਕਦੋਂ ਖੁੱਲ੍ਹਦਾ। ਹੁਣ ਉਹਨਾਂ ਸਟੂਡੈਂਟਸ ਦੇ ਲਈ ਇਮੀਡੀਏਟ ਅਪਲਾਈ ਕਰਨਾ ਕਿਉਂ ਜ਼ਰੂਰੀ ਹੈ ਜਿਨ੍ਹਾਂ ਦਾ GIC ਵੀ ਆਲਰੇਡੀ ਉੱਥੇ ਪਿਆ, ਹੁਣ ਉਹਨਾਂ ਦੇ ਲਈ ਤੁਰੰਤ ਅਪਲਾਈ ਕਰਨਾ ਕਿਉਂ ਜ਼ਰੂਰੀ ਹੈ ਅਗਰ ਉਹ ਦੇਰੀ ਕਰਦੇ ਨੇ ਅਤੇ ਪਹਿਲਾਂ ਇੱਕ ਵਾਰੀ ਰਿਫਿਊਜ਼ਲ ਆ ਚੁੱਕੀ ਹੈ ਅਤੇ ਅਗਲੀ ਚੁਣੌਤੀ ਉਹਨਾਂ ਲਈ ਕੀ ਬਣ ਸਕਦੀ ਹੈ, ਨੁਕਸਾਨ ਕੀ ਹੋ ਸਕਦਾ ਸੰਭਾਵੀ ਤੌਰ 'ਤੇ, ਇਹ ਵਿਸ਼ਾ ਅੱਜ ਦਾ ਰਹੂਗਾ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਖਬਰਾਂ ਅਜਿਹੀਆਂ ਸਾਹਮਣੇ ਆਈਆਂ ਨੇ ਮੇਰੇ ਕੋਲ, ਬਹੁਤ ਸਾਰੇ ਵਿਦਿਆਰਥੀ ਅਪਲਾਈ ਕਰਨਾ ਚਾਹੁੰਦੇ ਨੇ, GIC ਪਿਆ ਆਲਰੇਡੀ ਭਰਿਆ ਹੋਇਆ, ਰਿਫਿਊਜ਼ਲ ਆ ਗਈ, ਸਿਰਫ ਇਸੇ ਕਰਕੇ ਉਹ ਰੀਅਪਲਾਈ ਨਹੀਂ ਕਰ ਰਹੇ ਕਿ ਕੈਨੇਡਾ ਦਾ ਮਾਹੌਲ ਖੁੱਲ੍ਹ ਜੇ, ਤਸਵੀਰ ਸਾਫ਼ ਹੋ ਜੇ। ਅਤੇ ਮੈਨੂੰ ਇਹ ਲੱਗਦਾ ਸਪਟੰਬਰ ਇਨਟੇਕ ਖਤਮ, ਜਨਵਰੀ ਇਨਟੇਕ ਵੀ ਭਰਨ ਵਾਲੀ ਸਥਿਤੀ 'ਚ ਆ ਗਿਆ ਅਗਰ ਰਿਫਿਊਜ਼ਲ ਵਾਲੇ ਕੇਸ ਹੁਣ ਵੀ ਨਹੀਂ ਅਪਲਾਈ ਕਰਦੇ। ਔਰ 31 ਜੁਲਾਈ ਤੋਂ ਪਹਿਲਾਂ ਬਹੁਤ ਵੱਡੀ ਸੰਭਾਵਨਾ 10+2 ਦੇ CBSE ਦੇ ਰਿਜ਼ਲਟ ਆ ਜਾਣੇ ਨੇ, ਇਹ ਗੱਲਾਂ ਆ ਗਈਆਂ, ਫਿਰ ਉਹ ਸਟੂਡੈਂਟਸ ਦਾ ਬਣੂ ਕੀ, ਉਹਨਾਂ ਲਈ ਕਿਸ ਤਰ੍ਹਾਂ ਦੀ ਚੁਣੌਤੀ ਹੈ ਫਿਰ ਅੱਗੇ? ਸੇ ਜਨਵਰੀ ਇਨਟੇਕ ਆਲਰੇਡੀ ਵੇਟ ਲਿਸਟਡ ਹੈ ਬਹੁਤ ਸਾਰੇ ਪ੍ਰੋਗਰਾਮ, ਸੋ ਕਾਫੀ ਸਾਰੇ ਸਟੂਡੈਂਟਸ ਚਾਹੇ ਰਿਫਿਊਜ਼ ਹੋਣ ਤੋਂ ਬਾਅਦ ਵੀ ਹਲੇ ਆਪਣੀ ਨਵੀਂ ਫਾਈਲ ਨਹੀਂ ਲਗਾ ਰਹੇ। ਸੋ ਸਟੂਡੈਂਟਸ ਮੈਂ ਸਿਰਫ ਐਡਵਾਈਸ ਕਰਨਾ ਚਾਹਾਂਗਾ ਕਿ ਜਨਵਰੀ ਇਨਟੇਕ ਇਜ਼ ਆਲਮੋਸਟ ਕਲੋਜ਼ਰ 'ਤੇ ਹੈਗਾ, ਆਉਣ ਵਾਲੇ 1-2 ਮਹੀਨੇ 'ਚ ਮੈਨੂੰ ਲੱਗਦਾ ਨੈਕਸਟ 30 ਡੇਜ਼ ਬਾਅਦ ਸਾਨੂੰ ਜਨਵਰੀ ਇਨਟੇਕ 'ਚ ਸੀਟ ਨਹੀਂ ਮਿਲਣੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਮਈ ਔਰ ਸਪਟੈਂਬਰ ਦੀ। ਸਪੋਜ਼ ਤੁਸੀਂ ਜਨਵਰੀ ਇਨਟੇਕ ਮਿਸ ਕਰ ਦਿੰਦੇ ਹੋ ਤਾਂ ਮਈ ਵਿੱਚ ਕਾਫੀ ਸਾਰੇ ਟੈਕਨੀਕਲ ਕੋਰਸਿਸ ਨਹੀਂ ਹੈਗੇ, ਸੋ ਸਟੂਡੈਂਟ ਜਾਏਗਾ ਸਪਟੈਂਬਰ 2022 'ਚ। ਸੋ ਮੈਨੂੰ ਲੱਗਦਾ ਕਿ ਉਹ ਸਾਰੇ ਸਟੂਡੈਂਟ ਅੱਲਾ ਜੀ ਰਿਸਕ ਲੈ ਰਹੇ ਨੇ 2022 ਤੱਕ ਵੇਟ ਕਰਨ ਦਾ। ਸੋ ਇੱਕ ਸਾਲ ਦਾ, ਅੱਜ ਅਸੀਂ ਜੁਲਾਈ 'ਚ ਹਾਂ ਪਰ ਅਸੀਂ ਗੱਲ ਕਰ ਰਹੇ ਹਾਂ ਸਪਟੈਂਬਰ 2022 ਦਾ, ਹੈਰਾਨੀ ਦੀ ਗੱਲ ਤਾਂ ਸਰ ਇਹ ਹੋਏਗੀ ਕਿ ਮਈ 2022 ਵੀ ਕਾਫੀ ਸਾਰੇ ਕਾਲਜਿਸ ਨੇ ਖੋਲ੍ਹਤਾ ਔਰ ਉਹਦੇ ਵਿੱਚ ਵੀ ਕਾਫੀ ਸਾਰੇ ਪ੍ਰੋਗਰਾਮਸ ਵੇਟ ਲਿਸਟ ਹੋਣੇ ਸ਼ੁਰੂ ਹੋ ਚੁੱਕੇ ਨੇ। ਸੋ ਰਸ਼ ਬਹੁਤ ਵੱਡੇ ਪੱਧਰ ਦਾ, ਜਿਹੜਾ ਕੈਨੇਡਾ ਜਾਣ ਦੀ ਚਾਹਤ ਹੈ ਉਹ ਬਹੁਤ ਵੱਡੇ ਲੈਵਲ ਦੀ ਹੈ, ਜਿਹੜੀ ਕੁਆਂਟਿਟੀ ਹੈਗੀ ਹੈ ਨੋਟ ਜਸਟ ਫਰੋਮ ਪੰਜਾਬ, ਆਪਾਂ ਸੋਚਦੇ ਹਾਂ ਕਿ ਅਸੀਂ ਅਪਲਾਈ ਕਰ ਰਹੇ ਹਾਂ ਸਿਰਫ, ਪਰ ਹੁਣ ਪੂਰੇ ਇੰਡੀਆ 'ਚ ਅਪਲਾਈ ਹੋ ਰਹੇ, ਪੂਰੀ ਦੁਨੀਆ 'ਚੋਂ ਸਰ, ਪਾਕਿਸਤਾਨ 14 ਕੰਟਰੀਆਂ ਨੂੰ SDS ਕਰ ਦਿੱਤਾ ਗਿਆ ਕੈਨੇਡਾ ਵੱਲੋਂ, ਪੂਰਾ ਸਾਊਥ ਅਮੈਰੀਕਾ, ਅਫਰੀਕਾ, ਪਾਕਿਸਤਾਨ, ਬਾਂਗਲਾਦੇਸ਼, ਵੀਅਤਨਾਮ, ਬਾਂਗਲਾਦੇਸ਼ ਨਹੀਂ ਪਾਕਿਸਤਾਨ ਨੂੰ SDS ਕਰ ਦਿੱਤਾ ਗਿਆ, ਵੀਅਤਨਾਮ ਐਂਡ ਸੈਨੇਗਲ SDS ਕਰ ਦਿੱਤੇ ਗਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਿਤੇ ਨਾ ਕਿਤੇ ਜਿਹੜੀ ਕੁਆਂਟਿਟੀ ਹੈਗੀ ਹੈ ਜਿਹੜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਉਹਨਾਂ ਦੀ ਬਹੁਤ ਜ਼ਿਆਦਾ ਵੱਧ ਗਈ ਹੈ, ਨਾ ਕਿ ਸਿਰਫ ਪੰਜਾਬ ਪਰ ਪੂਰੀ ਦੁਨੀਆ ਵਿੱਚੋਂ ਅੱਜ ਦੀ ਡੇਟ 'ਚ ਸਟੂਡੈਂਟਸ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ। ਬਿਲਕੁਲ ਠੀਕ ਹੈ। ਸੋ ਜਦੋਂ ਇੰਨਾ ਜ਼ਿਆਦਾ ਰਸ਼ ਹੈ, 10+2 ਦੇ ਵੀ ਰਿਜ਼ਲਟ ਆ ਜਾਣੇ ਨੇ ਅਤੇ ਜਸਮੀਤ ਜੀ ਨੇ ਸਪਸ਼ਟ ਕਿਹਾ ਕਿ ਸਪਟੰਬਰ 22 ਤੱਕ, ਫਿਰ ਤਦ ਤੱਕ ਆਰਟਸ ਦੇ ਐਕਸਪਾਇਰ ਹੋਣ ਦਾ ਖਤਰਾ ਵੀ ਹੈ ਜਿਹੜਾ ਸਟੂਡੈਂਟਸ 'ਤੇ ਬਣ ਸਕਦਾ। ਜਸਮੀਤ ਜੀ, ਇਹਦੇ ਨਾਲ ਨਾਲ ਅਗਰ ਹੁਣ ਰਿਫਿਊਜ਼ ਕੇਸ ਰੀਅਪਲਾਈ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਰਿਲੀਫ ਜਾਂ ਬੈਨੀਫਿਟ ਮਿਲ ਸਕਦਾ ਜਦ ਤੱਕ CBSE ਦੇ ਰਿਜ਼ਲਟ ਨਹੀਂ ਆਉਂਦੇ ਅਗਰ ਉਹ ਪਹਿਲਾਂ ਅਪਲਾਈ ਕਰਦੇ ਨੇ? ਸੀ ਜਿਹੜੇ ਰਿਫਿਊਜ਼ ਕੇਸ ਹੈ ਉਹ ਆਲਰੇਡੀ ਉਹਨਾਂ ਕੋਲ, ਦੇਖੋ ਆਈਲੈਟਸ ਹੈਗਾ, ਜਿਹਨਾਂ ਕੋਲ ਵਾਇਲਡ ਆਈਲੈਟਸ ਹੈਗਾ, ਜਿਹਨਾਂ ਦਾ GIC ਆਲਰੇਡੀ ਹੈਗਾ, ਉਹਨਾਂ ਜੇ ਉਹਨਾਂ ਦੇ ਫੰਡਸ ਵਾਪਸ ਆ ਚੁੱਕੇ ਆ, ਜੇ ਤੁਸੀਂ ਰਿਫਿਊਜ਼ਲ ਆਈ ਸੀ ਤੁਹਾਡੀ ਔਰ ਤੁਸੀਂ ਰੀਫੰਡ ਪਾ ਚੁੱਕੇ ਹੋ ਜਾਂ ਫਿਰ ਤੁਹਾਡੇ ਕੋਲ ਐਕਸਟਰਾ ਫੰਡਸ ਹੈਗੇ ਆ, ਦੇ ਸ਼ੁੱਡ ਗੋ ਹੈਡ ਐਂਡ ਅਪਲਾਈ ਫੋਰ ਐਨ ਆਫਰ ਲੈਟਰ ਫੋਰ ਜਨਵਰੀ ਇਨਟੇਕ ਐਂਡ ਦੈਨ ਗੈਟ ਪੇ ਦੇ ਟਿਊਸ਼ਨ ਫੀਸ, ਐਲਸ ਆਫਰ ਲੈਟਰ ਮੰਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਜਿਹੜੇ ਸਟੂਡੈਂਟਸ ਹੁਣ ਵੀ ਪਾਸ ਆਊਟ ਹੋ ਰਹੇ ਮੈਂ ਉਹਨਾਂ ਨੂੰ ਵੀ ਇਹੀ ਗਾਈਡ ਕਰਾਂਗਾ ਕਿ ਤੁਸੀਂ ਜੇ ਆਫਰ ਲੈਟਰ ਮੰਗਾਈ ਹੈ ਤਾਂ ਹੀ ਮੰਗਾਓ, ਜੇ ਤੁਸੀਂ ਟਿਊਸ਼ਨ ਫੀਸ ਪੇ ਕਰ ਸਕਦੇ ਹੋ, ਜੇ ਤੁਸੀਂ ਟਿਊਸ਼ਨ ਫੀਸ ਪੇ ਕਰਨ ਦਾ ਮਾਇੰਡ ਨਹੀਂ ਬਣਾਇਆ ਜਾਂ ਫੰਡਸ ਹਲੇ ਰੇਂਜ ਨਹੀਂ ਹੈਗੇ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਆਫਰ ਲੈਟਰ ਦੀ ਫੀਸ ਹੈਗੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਸੋ ਕਾਫੀ ਸਾਰੀ ਗਾਈਡੈਂਸ ਦੀ ਲੋੜ ਹੈ ਸਟੂਡੈਂਟਸ ਨੂੰ ਔਰ ਕਾਫੀ ਸਾਰੀ ਕਨਫਿਊਜ਼ਨ ਬਹੁਤ ਬਣੀ ਹੋਈ ਹੈ, ਕੁਛ ਕਹਿ ਰਹੇ ਕਿ ਸਾਨੂੰ ਜਨਵਰੀ ਇਨਟੇਕ 'ਚ ਕੋਰਸ ਇਹ ਵਾਲਾ ਚਾਹੀਦਾ ਬਟ ਮਿਲ ਨਹੀਂ ਰਿਹਾ, ਸੋ ਮੈਂ ਕਾਲਜ 'ਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ, ਕੁਛ ਕਹਿ ਰਹੇ ਹਾਂ ਚਲੋ ਆਈ ਵਿਲ ਵੇਟ ਟਿਲ ਮਈ, ਸੋ ਕੁਛ ਕਹਿ ਰਹੇ ਜੇ ਅਸੀਂ ਹੁਣ ਨਹੀਂ ਅਪਲਾਈ ਕੀਤਾ ਤਾਂ ਸਾਨੂੰ ਹੁਣ ਸਪਟੰਬਰ 2022 'ਚ ਜਾਣਾ ਪਏਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਨੂੰ ਧਿਆਨ ਰੱਖ ਲੈਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਆਫਰ ਲੈਟਰਸ ਹੈਗੀਆਂ ਉਹ ਆਉਣੀਆਂ, ਆਉਣ ਵਾਲੇ 1-2 ਮਹੀਨੇ 'ਚ ਬਹੁਤ ਜ਼ਿਆਦਾ ਤੰਗ ਹੋ ਜਾਣਗੀਆਂ। ਬਿਲਕੁਲ ਠੀਕ ਹੈ। ਸੋ ਆਫਰ ਲੈਟਰਸ ਵੀ 1-2 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ
ਮੁਸ਼ਕਲ ਹੋ ਜਾਣਗੀਆਂ। ਬਹੁਤ ਚੁਣੌਤੀ ਵਾਲਾ ਸਮਾਂ ਜਿਹੜਾ ਉਹ ਵਿਦਿਆਰਥੀਆਂ ਲਈ ਆ ਰਿਹਾ, ਜਿਹੜੇ ਖਾਸ ਤੌਰ 'ਤੇ ਰਿਫਿਊਜ਼ਲ ਵਾਲੇ ਨੇ ਉਹ ਬਹੁਤ ਸੋਚ ਸਮਝ ਕੇ ਡਿਸੀਜਨ ਕਰਨ, ਔਰ ਕਿਊਬਿਕ ਔਰ ਖਾਸ ਤੌਰ 'ਤੇ ਮੌਂਟਰੀਅਲ ਦੇ ਪ੍ਰਾਈਵੇਟ ਕਾਲਜਸ ਦੇ ਵੱਲ ਉਹਨਾਂ 10 ਕਾਲਜਸ ਦੇ ਬਾਰੇ ਸਟੂਡੈਂਟ ਸੋਚ ਸਮਝ ਕੇ ਵਿਚਾਰ ਕਰਨ। ਉਸ ਤੋਂ ਇਲਾਵਾ ਜਿਹੜੇ ਚੰਗੇ ਸਰਕਾਰੀ ਕਾਲਜਸ ਨੇ ਉਸ ਪਾਸੇ ਧਿਆਨ ਦੇਣ। ਜਸਮੀਤ ਜੀ, ਮੈਂ ਇੱਕ ਟਰੈਂਡ ਸਮਝਣਾ ਚਾਹ ਰਿਹਾ ਸੀ। ਹੁਣ ਮੈਂ ਮਹਿਸੂਸ ਕੀਤਾ ਕਿ ਹੁਣ ਸਟੂਡੈਂਟ ਪ੍ਰਾਈਵੇਟ ਕਾਲਜਸ ਨੂੰ ਛੱਡਣ ਬਾਰੇ ਸੋਚਣ ਲੱਗ ਗਏ ਨੇ। ਕਿੰਨਾ ਕੁ ਫਰਕ ਪਿਆ ਇਸ ਲੋਕਡਾਊਨ ਦੇ ਕਾਲਜ ਔਰ 10 ਕਿਊਬਿਕ ਦੇ ਕਾਲਜ ਦਾ ਜਿਹੜਾ ਇਸ਼ੂ ਸੀ ਕਿ ਸਟੂਡੈਂਟ ਅਵੇਅਰ ਹੋਏ ਅਤੇ ਹੁਣ ਸਰਕਾਰੀ ਕਾਲਜਸ ਵੱਲ ਜਾ ਰਹੇ ਨੇ, ਪਰ ਸਰਕਾਰੀ ਕਾਲਜਸ 'ਚ ਕਹਿੰਦੇ ਸੀਟਾਂ ਬਹੁਤ ਘੱਟ ਹੁੰਦੀਆਂ ਨੇ ਅਤੇ ਸਟੂਡੈਂਟ ਕੰਪਨਸੇਟ ਨਹੀਂ ਹੋਣੇ ਸਾਰੇ? ਅਸੀਂ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਜਦੋਂ ਅਸੀਂ ਕੰਪਲਾਈਂਸ ਫੋਲੋ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਰਕਾਰੀ ਕਾਲਜਸ 'ਤੇ ਲਿਮਿਟੇਸ਼ਨ ਹੁੰਦੀਆਂ ਜੋ ਉਹਨਾਂ ਕੋਲ ਸੀਟਸ ਅਵੇਲੇਬਲ ਹੈਗੀ ਆ, ਔਰ ਕੋਵਿਡ ਕਾਰਨ, ਕਿਉਂਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ, ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਨੇ ਆ, ਕੋਵਿਡ ਦੇ ਰੂਲਸ ਫੋਲੋ ਕਰਨੇ ਆ ਸਕੂਲ 'ਚ, ਤਾਂ ਮੈਨੂੰ ਲੱਗਦਾ ਆਉਣ ਵਾਲੇ 1-2 ਇਨਟੇਕ 'ਚ ਹੋਰ ਜ਼ਿਆਦਾ ਸੀਟਾਂ ਘੱਟ ਹੋਣਗੀਆਂ ਸਰਕਾਰੀ ਕਾਲਜ 'ਚ। ਬੇਸ਼ੱਕ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਮੈਨੂੰ ਮਿਲੇ ਆ ਜਿਨ੍ਹਾਂ ਨੇ ਆਲਰੇਡੀ ਕਿਊਬੈਕ 'ਚ ਅਪਲਾਈ ਕੀਤਾ ਹੋਇਆ ਸੀ, ਪਰ ਸਾਡੇ ਸ਼ੋਅ ਰਾਜ ਦੇ ਮਾਧਿਅਮ ਦੇ ਰਾਹੀਂ ਵੀ, ਓਵਰਆਲ ਸਟੇਚਰ ਦੇ ਰਾਹੀਂ ਵੀ ਸਟੂਡੈਂਟਸ ਔਰ ਪੇਰੈਂਟਸ ਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੈ, ਔਰ ਬਹੁਤ ਸਾਰੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਸਾਡਾ ਸ਼ੋਅ ਵੇਖਦੇ ਆ। ਮੇਰੀ ਡੇਲੀ ਕਿਸੇ ਨਾ ਕਿਸੇ ਸਟੂਡੈਂਟ ਨਾਲ ਗੱਲ ਹੁੰਦੀ ਹੈ, ਐਂਡ ਆਈ ਐਮ ਰੀਅਲੀ ਥੈਂਕਫੁਲ ਟੂ ਦੈਮ ਕਿ ਉਹ ਬਹੁਤ ਜ਼ਿਆਦਾ ਸਾਡਾ ਸ਼ੋਅ ਪਸੰਦ ਕਰਦੇ ਆ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਇੱਕ ਸਹੀ ਗਾਈਡੈਂਸ ਔਰ ਸਾਰਿਆਂ ਤੱਕ ਪਹੁੰਚ ਸਕੇ। ਸੋ ਕਿਤੇ ਨਾ ਕਿਤੇ ਮੈਂ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਸਾਡਾ ਸ਼ੋਅ ਸ਼ੇਅਰ ਕੀਤਾ ਜਾਵੇ, ਲਾਈਕ ਕੀਤਾ ਜਾਵੇ, ਤਾਂ ਕਿ ਜਿਹੜੀ ਸਹੀ ਇਨਫੋਰਮੇਸ਼ਨ ਹੈ, ਸਾਡੀ ਕੰਪਨੀ ਦਾ ਇਹੀ ਮੋਟਿਵ ਹੈਗਾ ਕਿ ਸਹੀ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚਾਈ ਜਾ ਸਕੇ, ਤਾਂ ਕਿ ਕਿਸੇ ਨਾਲ ਵੀ ਕੋਈ ਵੀ ਮਿਸ ਗਾਈਡੈਂਸ ਨਾ ਹੋ ਸਕੇ। ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜਸਮੀਤ ਜੀ, ਤੁਸੀਂ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਫਿਰ ਅੱਜ ਸ਼ੋਅ ਦੇ ਵਿੱਚ ਦਿੱਤੀ ਹੈ। ਸੋ ਤੁਸੀਂ ਅਪਲਾਈ ਕਰਨਾ 90413 90412 'ਤੇ ਆਪਣਾ ਪ੍ਰੋਫਾਈਲ ਭੇਜੋ, ਵਟਸਐਪ ਕਰੋ, ਟੈਲੀਫੋਨ ਕਰੋ ਇਸ ਨੰਬਰ 'ਤੇ, ਅਪੁਆਇੰਟਮੈਂਟ ਬਣਾਓ, ਪਰਸਨਲੀ ਜਸਮੀਤ ਜੀ ਨੂੰ ਮਿਲੋ। ਪੂਰੇ ਪੰਜਾਬ 'ਚ ਆਫਿਸਿਸ ਖੁੱਲ੍ਹੇ ਨੇ, ਉੱਥੇ ਜਾ ਸਕਦੇ ਹੋ। ਇਨਫੋ ਲੈਂਡਮਾਰਕ info@landmarkimmigration.com 'ਤੇ ਈਮੇਲ ਕਰ ਸਕਦੇ ਹੋ ਔਰ ਜਸਮੀਤ ਜੀ ਨੂੰ ਮਿਲ ਸਕਦੇ ਹੋ। ਥੈਂਕ ਯੂ ਸੋ ਮਚ ਜਸਮੀਤ, ਧੰਨਵਾਦ।